ਇਹ ਬਹੁ ਕਾਰਜੀ ਜਨਰੇਟਰ ਬਣਾਉਣਾ ਬਹੁਤ ਹੀ ਸੌਖਾ ਹੈ, ਪਰ ਇਸ ਲਈ ਤੁਹਾਨੂੰ ਬਹੁਤ ਸਾਰੇ ਸ਼ਕਤੀਸ਼ਾਲੀ ਨਿਓਡੇਨੀਅਮ ਚੁੰਬਕ, ਲੱਕੜੀ, ਤਾਂਬੇ ਦੀਆਂ ਤਾਰਾਂ, LED ਆਦਿ ਦੀ ਲੋੜ ਹੈ। ਸਭ ਤੋਂ ਪਹਿਲਾਂ ਇੱਕ ਚੌਰਸ ਲੱਕੜੀ ਦਾ ਟੁਕੜਾ ਲਓ ਜਿਸ ਦੇ ਵਿਚਕਾਰ ਇੱਕ ਪੇਚ ਲੱਗਾ ਹੋਵੇ ਅਤੇ ਇਸ ਨਾਲ ਪੁਰਾਣੀ CD ਚਿਪਕਾ ਦਿਓ। ਇੱਕ ਹੋਰ CD ਲਓ ਅਤੇ ਉਸ ਦੇ ਚਾਰ ਥਾਵਾਂ 'ਤੇ ਗੂੰਦ ਲਗਾ ਦਿਓ। ਇਹਨਾਂ ਚਾਰ ਥਾਵਾਂ 'ਤੇ ਸ਼ਕਤੀਸ਼ਾਲੀ ਨਿਓਡੇਨੀਅਮ ਚੁੰਬਕ ਲਗਾ ਦਿਓ। ਇੱਕ ਫਿਲਮ ਵਾਲਾ ਕੈਨ ਲਓ ਅਤੇ ਇਸ ਉੱਪਰ ਤਾਂਬੇ ਦੀ ਤਾਰ ਦੇ 500 ਗੇੜੇ ਬੰਨ੍ਹ ਦਿਓ। ਕੋਇਲ ਨੂੰ ਹਟਾ ਦਿਓ, ਉਸ ਨੂੰ ਚੰਗੀ ਤਰ੍ਹਾਂ ਬੰਨੋ ਤਾਂ ਕਿ ਉਹ ਖੁੱਲ੍ਹ ਨਾ ਸਕੇ। ਕੋਇਲ ਦੇ ਦੋਨੋਂ ਸਿਰਿਆਂ ਨੂੰ ਚੰਗੀ ਤਰ੍ਹਾਂ ਰਗੜ ਦਿਓ। ਉਹਨਾਂ ਸਿਰਿਆਂ ਨੂੰ LED ਨਾਲ ਜੋੜ ਦਿਓ। ਇਹ ਕੋਇਲ ਅਤੇ LED ਦਾ ਸੰਗਠਨ ਹੈ। ਹੁਣ ਥੱਲੇ ਵਾਲੀ CD ਦੇ 5 ਥਾਵਾਂ 'ਤੇ ਗੂੰਦ ਲਗਾ ਦਿਓ। ਹੁਣ ਕੋਇਲ ਅਤੇ LED ਦੇ 5 ਸੰਗਠਨ ਬਣਾਓ ਅਤੇ ਉਹਨਾਂ ਨੂੰ CD ਨਾਲ ਜੋੜ ਦਿਓ। ਥੋੜ੍ਹੀ ਹੋਰ ਗੂੰਦ ਲਗਾ ਦਿਓ ਤਾਂ ਕਿ ਕੋਇਲ ਅਤੇ CD ਉੱਥੇ ਨਾ ਹਿੱਲਣ। ਕੱਪੜੇ ਸਿਉਣ ਵਾਲੀ ਫਿਰਕੀ ਨੂੰ ਵਿਚਕਾਰ ਵਾਲੇ ਪੇਚ ਨਾਲ ਜੋੜ ਦਿਓ। ਇੱਕ ਪੁਰਾਣੀ CD ਅਤੇ 4 ਚੁੰਬਕ ਲਓ ਅਤੇ ਉਸ ਦੇ ਉਲਟੇ ਪਾਸੇ ਟੁੱਥਪੇਸਟ ਦਾ ਢੱਕਣ ਜੋੜ ਦਿਓ। ਉਸ ਢੱਕਣ ਵਿੱਚ ਪੇਚ ਦੇ ਲਈ ਇੱਕ ਗਲੀ ਹੋਵੇਗੀ। ਚੁੰਬਕ ਵਾਲੇ ਪਾਸੇ ਵਿਚਕਾਰ ਇੱਕ ਵਾਸ਼ਰ ਵੀ ਜੋੜ ਦਿਓ। ਇਸ CD ਨੂੰ ਚੁੰਬਕ ਦੇ ਨਾਲ ਪੇਚ ਦੇ ਹੇਠਾਂ ਰੱਖ ਦਿਓ। ਤੁਸੀਂ ਟੁੱਥਪੇਸਟ ਦੇ ਢੱਕਣ ਨੂੰ ਫੜ ਕੇ CD ਅਤੇ ਚੁੰਬਕ ਨੂੰ ਘੁਮਾ ਸਕੋਗੇ। ਸਭ ਰੰਗਾਂ ਵਾਲੀ ਡਿਸਕ CD ਨੂੰ ਜੋੜ ਦਿਓ। CD ਨੂੰ ਘੁਮਾਉਣ ਨਾਲ ਸਾਰੇ ਰੰਗ ਇੱਕ ਦੂਜੇ ਵਿੱਚ ਮਿਲ ਜਾਣਗੇ ਅਤੇ ਤੁਹਾਨੂੰ ਸਲੇਟੀ ਰੰਗ ਦਿਸੇਗਾ। ਘੁੰਮਦੇ ਹੋਏ ਚੁੰਬਕ ਕੋਇਲ ਵਿੱਚ ਕਰੰਟ ਵੀ ਪੈਦਾ ਕਰਨਗੇ ਜਿਸ ਨਾਲ LED ਜਗ ਪੈਣਗੇ।